ਸਤਿ ਸ਼੍ਰੀ ਅਕਾਲ ਵੀਰੋ, ਕੀ ਹਾਲ ਚਾਲ ਆ? ਠੀਕ ਠਾਕ ਹੋ? ਅੱਜ ਵਿਸ਼ਾ ਥੋੜ੍ਹਾ ਜਿਹਾ ਵੱਖਰਾ ਵੀਰੋ, ਪਹਿਲਾਂ ਵਾਲੀਆਂ ਵੀਡੀਓ ਜਿੰਨੀਆਂ ਵੀ ਪਾਈਆਂ ਬਹੁਤ ਪਿਆਰ ਮਿਲਿਆ, ਬਹੁਤ ਲੋਕਾਂ ਨੇ ਦੇਖੀਆਂ, ਗਾਂ ਸ਼ੇਅਰ ਕੀਤੀਆਂ ਸਾਰੇ ਵੀਰਾਂ ਨੇ, 50,000 ਬੰਦੇ ਨੇ ਵੀਡੀਓ ਦੇਖੀ ਯਾਰ, 15,000 ਬੰਦਾ ਆਪਾਂ ਤਕਰੀਬਨ ਚੈਨਲ 'ਤੇ ਹਾਂ। ਅੱਜ ਇੱਕ ਮੁਸੀਬਤ ਦੀ ਘੜੀ ਅੱਗੇ ਪਿੰਡ ਕਨੇਸ਼ ਤੋਂ ਵੀਰ ਆਪਣਾ ਇੱਕ ਗਰੀਬ ਪਰਿਵਾਰ ਦਾ ਬੱਚਾ ਜਿਹਨਾਂ ਦੇ ਸਿਰ 'ਤੇ ਮਾਂ ਪਿਓ ਵੀ ਹੈ ਨਹੀਂ, ਜਿਹੜਾ ਕਿ ਛੱਤ ਤੋਂ ਡਿੱਗਣ ਕਰਕੇ ਰੀੜ੍ਹ ਦੀ ਹੱਡੀ ਦੇ ਮਣ ਕੇ ਟੁੱਟਣ ਕਰਕੇ ਘਰ ਪਿਆ। ਪਹਿਲਾਂ CMC ਹਸਪਤਾਲ ਲੈ ਗਏ, ਫਿਰ ਹੋਰ ਲੈ ਗਏ, 30,000-35,000 ਰੁਪਇਆ ਇਕੱਠਾ ਹੋਇਆ ਸੀ ਪਿੰਡ ਨੇ ਲਾਇਆ। ਦਿਹਾੜੀਦਾਰ ਵੀਰ ਹੈ, ਜੋ ਡਾਕਟਰਾਂ ਨੇ ਜਵਾਬ ਦਿੱਤਾ ਵੀ 2-2.5 ਲੱਖ ਰੁਪਇਆ ਲੱਗੂਗਾ ਓਪਰੇਸ਼ਨ 'ਤੇ, ਪੈਸੇ ਦਾ ਅਰੇਂਜਮੈਂਟ ਕਰੋ ਅਤੇ ਫਿਰ ਇਲਾਜ ਹੋਊਗਾ। ਵਟਸਐਪ ਗਰੁੱਪ 'ਚ ਆਇਆ ਸੀ, ਮੈਂ ਫੋਨ ਕੀਤਾ, ਕਨੇਜ਼ ਪਿੰਡ ਤੋਂ ਵੀਰ ਸੁਖਵਿੰਦਰ ਆ, ਉਹਨੂੰ ਕੀਤਾ ਫੋਨ ਆਪਣੇ ਗਰੁੱਪ 'ਚ। ਉਹਨੇ ਵੀਰ ਨੇ ਜਾ ਕੇ ਵੀਡੀਓ ਪਾਈ ਹੈ ਜਿਹੜੀ ਮੈਂ ਪਾਉਣ ਲੱਗਿਆ ਵੀਰ। ਆਪਾਂ 15,000 ਬੰਦਾ ਜੇ 10,000 ਬੰਦਾ ਵੀ 200-200 ਰੁਪਇਆ ਪਾਉਣੇ ਆ ਤਾਂ ਵੀਰ ਦਾ ਇਲਾਜ ਹੁੰਦਾ। ਕੋਈ ਵੀਰ 500 ਵਾਲਾ ਵੀ, ਕੋਈ 1,000 ਵਾਲਾ ਵੀ ਹੈ। ਇਹ ਯੂਕੋ ਬੈਂਕ ਦਾ ਅਕਾਊਂਟ ਨੰਬਰ ਪਾਉਣ ਲੱਗਿਆ ਉਹਦੀ ਸਿਸਟਰ ਦਾ ਮੈਂ, ਇਹਦੇ 'ਚ ਤੁਸੀਂ ਪੈਸੇ ਪਾ ਸਕਦੇ ਹੋ। ਜੇ ਕਿਸੇ NRI ਵੀਰ ਨੇ ਪਾਉਣੇ ਆ, ਨਹੀਂ ਸਿੱਧੇ ਅਕਾਊਂਟ 'ਚ ਪੈਂਦੇ, ਤਾਂ ਜਿਹੜੇ ਮਨੀਗ੍ਰਾਮ ਹੋ ਗਏ, ਕਿਹੜੇ ਉਦਾਂ ਵਾਲੇ ਹੁੰਦੇ ਆ, ਉਹਦੇ 'ਚ ਪਾ ਸਕਦੇ ਹੋ। ਪਰ ਪੈਸੇ ਬਹੁਤ ਜ਼ਰੂਰੀ ਹੈ ਵੀਰੇ, ਮਿਹਨਤ ਆ ਮੇਰੀ, ਆਪ ਬਹੁਤ ਟਾਇਟ ਰਹੇ ਹਾਂ, ਮਾੜੇ ਦਿਨ ਵੀ ਚੱਲਦੇ ਆ, ਪਰ ਆਪਾਂ ਕਿਸੇ ਤੋਂ ਮੰਗ ਨਹੀਂ ਕੀਤੀ ਅੱਜ ਤੱਕ। ਪਰ ਇਹ ਵੀਰ ਲਈ ਹੱਥ ਜੋੜ ਕੇ ਬੇਨਤੀ ਹੈ ਅਤੇ ਮਾਣ ਆ ਵੀਰਾਂ 'ਤੇ ਮੈਨੂੰ ਵੀ ਆਪਾਂ ਮੁੰਡਾ ਬਚਾਵਾਂਗੇ ਯਾਰ। ਉਮੀਦ ਕਰਦਾ ਜਿੰਨੀ ਫੈਨ ਫੋਲੋ ਆ, ਕਿੰਨੇ ਵੀਰ ਪਿਆਰ ਕਰਦੇ ਆ, ਇਹ ਮੇਰਾ ਮਾਣ ਨਹੀਂ ਟੁੱਟਣ ਦੇਣਗੇ। ਵੀਡੀਓ ਮੈਂ ਪਾਉਣ ਲੱਗਿਆ ਕਿ ਉਹਦਾ ਅਕਾਊਂਟ ਨੰਬਰ ਪਾਉਣ ਲੱਗਿਆ, ਜਿਵੇਂ ਵੀ ਹੋ ਸਕੇ ਕੋਈ ਨੇੜੇ ਦਾ ਜਾ ਕੇ ਲੈ ਕੇ ਆਓ ਜਾਂ ਅਕਾਊਂਟ 'ਚ ਪਾਓ। ਜੇ ਪੇਟੀਐਮ ਕਰਨਾ ਤਾਂ ਪੇਟੀਐਮ ਦਾ ਨੰਬਰ ਮੈਂ ਆਪਦਾ ਦੇ ਦੂੰਗਾ, ਮੈਂ ਖੁਦ ਜਾ ਕੇ ਪਹੁੰਚਾ ਦੂੰਗਾ, ਜਿਵੇਂ ਵੀ ਕਿਸੇ ਤੋਂ ਸਾਧਨ ਬਣਦਾ ਯਾਰ। ਵੈਸਟਰਨ ਯੂਨੀਅਨ ਪਾਉਣੇ ਆ NRI ਵੀਰਾਂ ਨੇ, ਤਾਂ ਉਹਦਾ ਨੰਬਰ ਲੈ ਲਓ, ਮੇਰਾ ਨੰਬਰ ਲੈ ਲਓ, ABC ਜਿਵੇਂ ਮਰਜ਼ੀ ਯਾਰ ਵੀਰੋ ਹੈਲਪ ਕਰੋ, ਹੱਥ ਜੋੜ ਕੇ ਬੇਨਤੀ ਹੈ। ਕਿਉਂਕਿ 2-2.5 ਲੱਖ ਰੁਪਈਏ ਪਿੱਛੇ ਜੇ ਬੰਦਾ ਅੱਜ ਕੱਲ੍ਹ ਇਸ ਟਾਈਮ ਮਰਦਾ, ਸੋਸ਼ਲ ਮੀਡੀਆ 'ਚ ਬੰਦਾ ਇੰਨੇ ਵੀਰ ਆਪਾਂ ਇਕੱਠੇ ਆ, 10-15,000 ਬੰਦਾ, 5,000 ਫੇਸਬੁੱਕ 'ਤੇ ਆ, ਠੀਕ ਹੈ, ਗਰੁੱਪ 'ਚ 2,000 ਬੰਦਾ, 18-19,000 ਬੰਦਾ ਇਕੱਠੇ ਆ, ਤਾਂ 100-100 ਰੁਪਈਆ ਆਉਂਦਾ ਵੀਰੇ, 20-20,000 ਰੁਪਈਆ ਆਉਂਦੇ ਆ। ਮੇਰਾ ਵੀਰ ਵੱਧ ਤੋਂ ਵੱਧ ਜਿੰਨੀ ਹੋ ਸਕੀ ਆ ਮਦਦ ਕਰੋ ਵੀਰੇ, ਕਿ ਆਪਾਂ ਗਰੀਬ ਬੱਚਾ ਬਚਾ ਸਕੀਏ। ਬਹੁਤ ਧੰਨਵਾਦੀ ਹੋਵਾਂ ਤੁਹਾਡਾ, ਮੈਂ ਮਿਹਰਬਾਨੀ ਵੀਰੋ, ਸ਼ੁਕਰੀਆ। ਕਿਉਂਕਿ ਆਪਾਂ ਹਮੇਸ਼ਾ ਆਮ 4 ਰਿਸ਼ਤੇਦਾਰ ਉਦੋਂ ਵੀ ਖਰਚਾ ਕਰਦੇ ਹਾਂ, 4 ਬਾਜ਼ੀਆਂ 'ਤੇ ਜਾਂਦੇ ਹਾਂ ਉਦੋਂ ਵੀ ਖਰਚਾ, ਬਾਜ਼ੀ ਖਾਤੇ ਫਿਰ ਵੀ ਜਰ ਜਾਂਦੇ ਹਾਂ, ਇਹ ਤਾਂ ਕਿਸੇ ਜਾਣ ਦਾ ਸਵਾਲ ਆ ਵੀਰੋ। ਸਤਿ ਸ਼੍ਰੀ ਅਕਾਲ, ਉਮੀਦ ਕਰਦਾ ਕਿ ਭਰਾ ਮੇਰੀ ਉਮੀਦ ਨਹੀਂ ਟੁੱਟਣ ਦੇਣਗੇ, ਕਿ 2-3 ਲੱਖ ਰੁਪਈਆ ਇੰਨੇ ਬੰਦੇ ਵਾਸਤੇ, 16-17,000 ਬੰਦੇ ਵਾਸਤੇ ਕੋਈ ਵੱਡੀ ਚੀਜ਼ ਨਹੀਂ। ਸਤਿ ਸ਼੍ਰੀ ਅਕਾਲ ਵੀਰੋ। ਹਾਂਜੀ ਵੀਰੋ, ਸਤਿ ਸ਼੍ਰੀ ਅਕਾਲ ਜੀ, ਮੇਰੇ ਪਿੰਡ ਕਨੇਜ਼ ਤੋਂ ਅਸੀਂ, ਅਤੇ ਆਹ ਮੁੰਡਾ ਹੈ ਰਾਜਦੀਪ ਸਿੰਘ ਜੀ, ਆਹ ਪਰੂਫ ਆ ਜੀ ਇਹਦਾ, ਬੈਂਕ ਦੀ ਆਪਣੀ ਗੈਸ ਦੀ ਕਾਪੀ ਆ,
ਆਹ ਇਹਦੀ ਭੈਣ ਦਾ ਵੀ ਬੈਂਕ ਅਕਾਊਂਟ ਆ, ਯੂਕੋ ਬੈਂਕ ਦਾ ਜੀ, ਚੈੱਕ ਕਰ ਲਓ ਜੀ, ਯੂਕੋ ਬੈਂਕ। ਆਹਦੀ ਸਿਸਟਰ ਬੈਠੀ ਆ ਕੋਲ, ਇਹਦੀ ਭੈਣ ਜੀ, ਠੀਕ ਹੈ ਜੀ। ਇਹ ਜੀ ਬਹੁਤ ਹੀ ਗਰੀਬ ਪਰਿਵਾਰ ਆ ਜੀ, ਆਪਾਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਆ ਜੀ, ਸਾਰਿਆਂ ਨੇ ਜਿੰਨੀ ਵੀ ਹੋ ਸਕੀ ਸਭ ਜਣ ਵੱਧ ਤੋਂ ਵੱਧ ਮਦਦ ਕਰਨੀ ਆ। ਆਪਣੇ ਨਾਲ ਪੰਚਾਇਤ ਮੈਂਬਰ ਹੀ ਬੈਠੇ ਆ ਜੀ, ਆਪਣੇ ਵਾਰਡ ਦੇ, ਇੱਕ ਨੰਬਰ ਵਾਰਡ ਦੇ ਜੀ, ਸਾਰੇ ਆਪਣੇ ਪਿੰਡ ਦੇ ਨੇ। ਪਿੰਡ ਵੱਲੋਂ ਜਿੰਨਾ ਖਰਚਾ ਹੋ ਸਕਿਆ 30-35 ਹਜ਼ਾਰ ਜੀ ਚੱਲ ਗਏ ਆ, ਹੁਣ ਡਾਕਟਰਾਂ ਨੇ ਜਵਾਬ ਦੇ ਤਾ ਜੀ, 3-4 ਲੱਖ ਰੁਪਈਆ ਇਹਨਾਂ ਦਾ ਘੱਟੋ ਘੱਟ ਲੱਗਣਾ ਵਾ ਜੀ, ਠੀਕ ਹੈ ਜੀ। ਇਹਨਾਂ ਕੋਲ ਹੁਣ ਕੋਈ ਰੁਪਈਆ ਨਹੀਂ ਹੈਗਾ। ਆਹ ਇੱਕ ਕਮਰਾ ਜੀ ਇਹਨਾਂ ਦਾ, ਆਪ ਇਹ ਦਿਹਾੜੀ ਕਰਦਾ ਸੀਗਾ ਜੀ, ਡੇਲੀ ਜਾਂਦਾ ਸੀਗਾ, ਡੇਲੀ ਆਉਂਦਾ ਸੀਗਾ ਜੀ। ਇਹਦਾ ਐਕਸੀਡੈਂਟ ਹੋ ਗਿਆ, ਕੋਠੇ ਤੋਂ ਗਿਰ ਗਿਆ ਜੀ, ਇਹਦੀ ਮਣਕੇ ਟੁੱਟ ਗਏ, ਦੋ ਮਣਕੇ ਟੁੱਟ ਗਈ ਇਹਦੇ। ਇਹਦੇ ਅੱਗੇ ਪਿੱਛੇ ਮਾਤਾ ਪਿਤਾ ਕੋਈ ਨਹੀਂ ਹੈਗਾ ਜੀ, ਇਕੱਲਾ ਹੀ ਹੈ। ਇਹਦੀ ਭੈਣ ਆ, ਇਹ ਵਿਆਹੀ ਹੋਈ ਹੈ ਜੀ, ਇਹ ਹੁਣ ਆਈ ਹੋਈ ਹੈ ਇਹਨਾਂ ਕੋਲ, ਠੀਕ ਹੈ ਜੀ। ਤੁਸੀਂ ਵੱਧ ਤੋਂ ਵੱਧ ਇਹ ਵੀਡੀਓ ਗਰੁੱਪ 'ਚ ਸ਼ੇਅਰ ਕਰੋ ਜੀ। ਅੱਜ ਤਰੀਕ 22 ਤਰੀਕ, ਟਾਈਮ ਕਿੰਨਾ ਹੋਇਆ, 12:37 ਹੋ ਗਏ ਜੀ। 22 ਤਰੀਕ 12:37 ਹੋ ਗਏ ਜੀ। ਇਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅੱਗੇ ਤੋਂ ਅੱਗੇ, ਤਾਂ ਜੋ ਆਪਾਂ ਇਹਦੀ ਹੈਲਪ ਕਰ ਸਕੀਏ। ਸਾਰੇ ਵੀਰਾਂ ਨੂੰ ਬੇਨਤੀ ਆ ਜੀ, ਹੱਥ ਬੰਨ ਕੇ ਬੇਨਤੀ ਆ, ਗਰੀਬ ਪਰਿਵਾਰ ਆ ਜੀ ਇਹ, ਠੀਕ ਆ ਜੀ। ਧੰਨਵਾਦ ਜੀ। ਦੱਸੇਗਾ ਵੀਰ ਜੀ, ਸਾਰਿਆਂ ਵੀਰਾਂ ਬੇਨਤੀ ਆ ਜੀ, ਇਹ ਰਾਜਦੀਪ ਸਿੰਘ ਪੁੱਤਰ ਲਾਚਾ ਸਿੰਘ ਦਾ ਵਿਚਾਰਾ ਇਕੱਲਾ ਹੀ ਗੱਲ ਆ, ਇਹ ਇਲਾਜ ਵਾਸਤੇ 2-3 ਲੱਖ ਰੁਪਏ ਲੋੜ ਆ ਸਾਨੂੰ। ਰਾਜਵੰਤ ਹੋਸਪਿਟਲ ਦਰਾਜ ਪਿੰਡ ਲੈ ਗਏ ਸੀਗੇ, 30-35 ਹਜ਼ਾਰ ਰੁਪਏ ਲੱਗ ਗਿਆ ਵੀਰੇ ਇਹਦੇ, ਇਹਦਾ ਇਲਾਜ ਹੋਇਆ ਵੀਰੇ, ਹੁਣ ਸਾਨੂੰ ਪੈਸੇ ਹੋਰ ਲੋੜ ਆ ਵੀਰੇ। ਸਾਰਿਆਂ ਵੀਰਾਂ ਨੂੰ ਮਿਹਰਬਾਨੀ ਕਰਕੇ ਇਹਨਾਂ ਨੂੰ ਪੈਸੇ ਵੱਧ ਤੋਂ ਵੱਧ ਸ਼ੇਅਰ ਕਰੋ। ਤਰੀਕ ਹੈਗੀ ਅੱਜ ਵੀਰੇ 22 ਤਰੀਕ ਜੂਨ ਦਾ ਮਹੀਨਾ 2019 ਜੀ। ਮੈਂ ਮੇਰੇ ਭਰਾ ਦੇ ਇਲਾਜ ਲਈ ਵੱਧ ਤੋਂ ਵੱਧ ਇਹਨਾਂ ਨੂੰ ਪੈਸੇ ਦੀ ਲੋੜ ਆ। ਸਾਰੇ ਵੀਰ ਸ਼ੇਅਰ ਕਰ ਦਿਓ ਜੀ, ਜਿੰਨੀ ਮਦਦ ਹੋ ਸਕੇ ਜ਼ਰੂਰ ਕਰਿਓ ਜੀ। ਥੋੜ੍ਹੀ ਜਿਹੀ ਗੱਲ ਬੋਲਣਾ ਰਹਿ ਗਈ ਸੀ ਵੀਰੇ, ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਜੋ ਵੀ ਤੁਹਾਡੇ ਕੋਲ ਸੋਸ਼ਲ ਮੀਡੀਆ ਚੱਲਦਾ, ਵਟਸਐਪ, ਫੇਸਬੁੱਕ, ਟਵਿੱਟਰ, ਈਮੋ, ਜੋ ਵੀ ਚੱਲਦਾ, ਜਿੱਥੇ ਵੀ ਸ਼ੇਅਰ ਹੋ ਸਕਦੀ ਹੈ, ਹਰ ਇੱਕ ਬੰਦਾ ਸ਼ੇਅਰ ਕਰੇ ਵੀਰੇ। ਜਿੰਨੀ ਮਦਦ ਹੋ ਕੇ ਉਹ ਵੀ ਕਰਨੀ ਹੈ ਅਤੇ ਨਾਲ ਸ਼ੇਅਰ ਵੀ ਕਰਨੀ ਹੈ, ਜ਼ਰੂਰੀ ਹੈ ਵੀਰੇ। ਬਹੁਤ ਬਹੁਤ ਧੰਨਵਾਦੀ ਹੋਵਾਂ ਤੁਹਾਡਾ ਮੈਂ, ਅਤੇ ਨਾਲ ਜਿੰਨੀ ਵੀ ਕਿਸੇ ਭਰਾ ਨੇ ਮਦਦ ਕਰਦੀ ਹੈ ਹੋ ਸਕੇ ਤਾਂ ਵੀਡੀਓ ਥੱਲੇ ਕਮੈਂਟ ਵੀ ਜ਼ਰੂਰ ਕਰ ਦਿਓ, ਕਿਉਂਕਿ ਆਪਾਂ ਨੂੰ ਪਤਾ ਲੱਗਦਾ ਰਹੂਗਾ ਇੰਨੀ ਕੁ ਮਦਦ ਇਕੱਠੀ ਹੋ ਗਈ, ਇੰਨੇ ਘੱਟਦੇ ਆ ਜਾਂ ਬਹੁਤ ਆ, ਲੋੜ ਅਨੁਸਾਰ ਫਿਰ ਵੀ ਹੋਰ ਹੀਲਾ ਵਸੀਲਾ ਕਰਾਂਗੇ। ਵੀਡੀਓ ਥੱਲੇ ਮਦਦ ਕਰਨ ਤੋਂ ਬਾਅਦ ਕਮੈਂਟ ਜ਼ਰੂਰ ਕਰਨਾ, ਚਾਹੇ ਆਪਦਾ ਅਮਾਊਂਟ ਲੈ ਕੇ ਕਰਨਾ, ਮੈਂ ਨਹੀਂ ਕਰਦੀ, ਜ਼ਰੂਰ ਕਮੈਂਟ ਕਰਨਾ ਯਾਰ।